ਬਠਿੰਡਾ ਦੇ ਰਾਮਪੁਰਾ ਫੂਲ ਦੇ ਵਿੱਚ ਇੱਕ ਨੌਜਵਾਨ ਨੇ ਆਪਣੇ ਘਰ ਦੀ ਛੱਤ ਤੇ ਚੜ ਕੇ ਅੰਨੇਵਾਹ ਪਿੰਡ ਦੇ ਵਿੱਚ ਫਾਇਰਿੰਗ ਕੀਤੀ। ਇਹ ਘਟਨਾ ਦੇ ਵਿੱਚ ਗੋਲੀ ਲੱਗਣ ਕਾਰਨ ਤਿੰਨ ਜਣਿਆਂ ਦੀ ਜਾਨ ਚਲੀ ਗਈ, ਦੋ ਜ਼ਖਮੀ ਹੋ ਗਏ। ਵਾਰਦਾਤ ਤੋਂ ਬਾਅਦ ਦੋਸ਼ੀ ਨੇ ਆਪਣੇ ਆਪ ਨੂੰ ਵੀ ਗੋਲੀ ਮਾਰੀ, ਯਾਨੀ ਕਿ ਜਿਹੜੇ ਤਿੰਨ ਜਣਿਆਂ ਦੀ ਜਾਨ ਗਈ ਹੈ, ਉਹਨਾਂ ਦੇ ਵਿੱਚ ਹਮਲਾਵਰ ਖੁਦ ਵੀ ਹੈ। ਮੁਲਜ਼ਮ ਗੁਰਸ਼ਰਨ ਸਿੰਘ ਨੇ 30-35 ਦੇ ਕਰੀਬ ਫਾਇਰ ਕੀਤੇ। ਦੱਸਿਆ ਜਾ ਰਿਹਾ ਕਿ ਚਾਚੇ-ਤਾਏ ਦੇ ਪੁੱਤਾਂ ਦੇ ਵਿੱਚ ਜ਼ਮੀਨੀ ਝਗੜਾ ਚੱਲ ਰਿਹਾ ਸੀ। ਮੁਲਜ਼ਮ ਗੁਰਸ਼ਰਨ ਸਿੰਘ ਨੇ ਆਪਣੇ ਚਾਚੇ ਦੇ ਪੁੱਤ ਅਤੇ ਉਹਦੇ ਦੋਸਤ ਨੂੰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਅਤੇ ਬਾਅਦ ਵਿੱਚ ਆਪ ਵੀ ਖਤਮ ਹੋ ਗਿਆ ਉਸਨੇ 12 ਬੋਰ ਰਾਈਫਲ ਦੇ ਨਾਲ ਗੋਲੀਆਂ ਚਲਾਈਆਂ ਪੂਰੀ ਘਟਨਾਇਂ ਜਵਪਰੀ ਕੇ ਵਿਅਕਤੀ ਆਪਣੇ ਘਰ ਦੇ ਚੁਬਾਰੇ ਤੇ ਚੜ ਗਿਆ ਸੀ ਜਿੱਥੋਂ ਲਗਾਤਾਰ ਰੁਕ ਰੁਕ ਕੇ ਫਾਇਰਿੰਗ ਕਰ ਰਿਹਾ ਸੀ ਜਦੋਂ ਪੁਲਿਸ ਜਾਂ ਲੋਕ ਨੇੜੇ ਜਾਂਦੇ ਸੀ ਤਾਂ ਉਹ ਫਾਇਰ ਕਰ ਦਿੰਦਾ ਸੀ ਤੇ ਕਿੰਨੇ ਚਿਰ ਤੱਕ ਤਾਂ ਇਹੀ ਸਿਲਸਿਲਾ ਚੱਲਦਾ ਰਿਹਾ ਪੁਲਿਸ ਵੀ ਉਸ ਨੂੰ ਕਾਬੂ ਨਹੀਂ ਕਰ ਸਕੇ ਘਟਨਾ ਸਥਾਨ ਦੇ ਨੇੜੇ ਵੱਡੀ ਗੰਟੀ ਵਿੱਚ ਪਿੰਡ ਵਾਲੇ ਇਕੱਠੇ ਹੋ ਗਏ ਸਨ ਆਪਸੀ ਵਿਵਾਦ ਦੀ ਵਜ੍ਹਾ ਕਰਕੇ ਇਹਨੇ ਆਪਣੇ ਚਾਚੇ ਦੇ ਪੁੱਤ ਯਾਨੀ ਕਿ ਆਪਣੇ ਭਰਾ ਤੇ ਉਹਦੇ ਦੋਸਤ ਤੇ ਗੋਲੀਆਂ ਚਲਾਈਆਂ ਇਤਲਾ ਮਿਲਦੇ ਹੀ ਪੁਲਿਸ ਪਹੁੰਚ ਗਈ ਪੂਰੇ ਇਲਾਕੇ ਨੂੰ ਘੇਰਾ ਪਾ ਲਿਆ ਸੀ ਸਵੇਰੇ 9 ਵਜੇ ਦੀ ਇਹ ਘਟਨਾ ਹੈ ਤਾਏ ਤੇ ਚਾਚੇ ਵਿੱਚ ਆਪਸੀ ਤਕਰਾਰ ਹੋਈ ਤੇ ਗਾਹਾਂ ਤਾਏ ਚਾਚੇ ਦੇ ਪੁੱਤ ਵੀ ਆਪਸ ਦੇ ਵਿੱਚ ਲੜਨ ਲੱਗ ਪਏ ਇਸ ਦਰਮਿਆਨ ਇੱਕ ਜਣੇ ਨੂੰ ਇੰਨਾ ਕੁ ਗੁੱਸਾ ਚੜਿਆ ਕਿ ਉਹ ਆਪਣੀ ਛੱਤ ਤੇ 12 ਬੋਰ ਦੀ ਰਫਲ ਲੈ ਕੇ ਚੜ ਗਿਆ SSP ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਗੋਲੀਬਾਰੀ ਕਰਨ ਵਾਲੇ ਦਾ ਨਾਮ ਸੀਰਾ ਹੈ ਗੁਰਸ਼ਰਨ ਸਿੰਘ ਪੂਰਾ ਨਾਮ ਹੈ ਉਸਨੇ ਆਪਣੇ ਚਾਚੇ ਦੇ ਪੁੱਤ ਬੱਬੂ ਤੇ ਗੋਲੀਆਂ ਚਲਾਈਆਂ ਤੇ ਫਿਰ ਆਪਣੇ ਆਪ ਨੂੰ ਵੀ ਖਤਮ ਕਰ ਲਿਆ ਹੈਗਾ ਗੁਰਸ਼ਰਨ ਸਿੰਘ ਇਹ ਪਿੰਡ ਕੋਠੇਗੁਰੂ ਦਾ ਹੀ ਰਹਿਣ ਵਾਲਾ ਹੈਗਾ ਔਰ ਇਹਨਾਂ ਦਾ ਆਪਸ ਵਿੱਚ ਜਿਹੜਾ ਹੈਗਾ ਚਾਚੇ ਤਾਇਆ ਦੇ ਨਾਲ ਕੋਈ ਪ੍ਰਾਪਰਟੀ ਦਾ ਡਿਸਪਿਊਟ ਚੱਲਦਾ ਸੀ ਪਹਿਲਾਂ ਵੀ ਪਰਚੇ ਵਗੈਰਾ ਹੋਏ ਨੇ ਜਿਹੜੇ ਅੰਡਰ ਟ੍ਰਾਇਲ ਹੈਗੇ ਨੇ ਅੱਜ ਸويرੇਰ ਨੇ ਆਪਣੀ 12 ਬੋਰ ਜਿਹੜੀ ਲਾਇਸੈਂਸੀ ਰਾਈਫਲ ਸੀਗੀ ਉਹ ਤੋਂ ਕਾਫੀ ਫਾਇਰ ਕੀਤੇ ਹੈਗੇ ਨਾ ਐਗਜੈਕਟ ਨੰਬਰ ਆਈ ਕੈਨ ਨਾਟ ਡੈੱਲ ਬਟ ਕਰੀਬ 20-25 ਦੇ ਕਰੀਬ ਜਿਹੜੇ ਫਾਇਰ ਕੀਤੇ ਹੈਗੇ ਉਹਦੇ ਵਿੱਚ ਇੱਕ ਬੰਦਾ ਜਿਹੜਾ ਇਹਦਾ ਕਜ਼ਨ ਹੈਗਾ ਗੁਰਸ਼ੰਤ ਸਿੰਘ ਉਹਦੀ ਡੈਥ ਹੋ ਗਈ ਸੀ ਮੌਕੇ ਤੇ ਉਤੇ ਔਰ ਉਹਦੀ ਜਦੋਂ ਬੋਡੀ ਨੂੰ ਲੈਣ ਵਾਸਤੇ ਉਹਦਾ ਦੋਸਤ ਨੇੜੇ ਜਾ ਰਿਹਾ ਸੀਗਾ ਤੇ ਇਹਨੇ ਉਹਦੇ ਤੇ ਵੀ ਫਾਇਰ ਕੀਤੇ ਜਿਹਦੇ 20 ਇੰਜਰੀਜ਼ ਹੋਈਆਂ ਔਰ ਜਦੋਂ ਉਹਨੂੰ ਬਾਅਦ ਵਿੱਚ ਹਸਪੀਟਲ ਵਾਸਤੇ ਲੈ ਕੇ ਜਾ ਰਹੇ ਸੀਗੇ ਉਹਦੇ ਵਿੱਚ ਉਹਦੀ ਵੀ ਡੈਥ ਹੋ ਗਈ ਹੈ ਇਹਦਾ ਨਾਂ ਹੈਗਾ ਭੋਲਾ ਸਿੰਘ ਇਸ ਤੋਂ ਇਲਾਵਾ ਤਿੰਨ ਹੋਰ ਬੰਦੇ ਹੈਗੇ ਨੇ ਉਹਨ ਤੇ ਟੋਟਲ ਮਤਲਬ ਦੋ ਬੰਦਿਆਂ ਦੀ ਡੈਥ ਹੋਈ ਹੈਗੀ ਹੈ ਔਰ ਤਿੰਨ ਬੰਦੇ ਇੰਜਰਡ ਹੋਏ ਨੇ ਔਰ ਜਿਹੜਾ ਇਹ ਬੰਦਾ ਹੈਗਾ ਜਦੋਂ ਪੁਲਿਸ ਪਾਰਟੀ ਸਾਡੀ ਪਹੁੰਚੀ ਫਾਇਰ ਕਰ ਰਿਹਾ ਸੀਗਾ ਤੇ ਸਾਡੀ ਪੁਲਿਸ ਪਾਰਟੀ ਨੇ ਵੀ ਹਵਾਈ ਫਾਇਰਿੰਗ ਕੀਤੀ ਉਸ ਤੋਂ ਬਾਅਦ ਇਹ ਕਮਰੇ ਦੇ ਅੰਦਰ ਵੜ ਗਿਆ ਔਰ ਬਾਅਦ ਵਿੱਚ ਨੇ ਆਪਣੀ ਬਾਰਾ ਬੁਰ ਰਾਈਫਲ ਦੇ ਨਾਲ ਆਪ ਨੂੰ ਵੀ ਗੋਲੀ ਮਾਰ ਲਈ ਜਿਹਦੇ ਕਰਕੇ ਆਦੀ ਮੌਕੇ ਤੇ ਮੌਤ ਹੋ ਗਈ ਹੈ ਇਸ ਵੱਡੀ ਵਾਰਦਾਤ ਤੋਂ ਬਾਅਦ ਵਿਰੋਧੀ ਧਿਰਾਂ ਨੇ ਫੇਰ ਪੰਜਾਬ ਸਰਕਾਰ ਨੂੰ ਘੇਰਿਆ ਹੈ ਅਕਾਲੀ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਸਵਾਲ ਪੁੱਛਿਆ ਕਿ ਪੰਜਾਬ ਪੁਲਿਸ ਤਾਂ ਲਾਲਾ ਜੀ ਕੇਜੀਵਾਲ ਦੀ ਸੇਵਾ ਦੇ ਵਿੱਚ ਰੁੱਝੀ ਹੋਈ ਹੈ ਪੰਜਾਬ ਅਪਰਾਧਾਂ ਦਾ ਮੈਦਾਨ ਬਣਿਆ ਪਿਆ ਬਠਿੰਡਾ ਦੇ ਕੋਠੇ ਗੁਰੂ ਦੇ ਵਿੱਚ ਅੰਨੇਵਾ ਗੋਲੀਆਂ ਚੱਲੀਆਂ ਅਤੇ ਪਿਛਲੇ ਇੱਕ ਹਫ਼ਤੇ ਤੋਂ ਪੰਜਾਬ ਦੇ ਵਿੱਚ ਅਣਗਿਣਤ ਹੀ ਅਜਿਹੀਆਂ ਵਾਰਦਾਤਾਂ ਵਾਪਰੀਆਂ ਨੇ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਸਾਹਿਬ ਜੀ ਕੁਝ ਤਾਂ ਹੋਸ਼ ਕਰੋ ਪੰਜਾਬ ਨੂੰ ਸੰਭੋ ਬਠਿੰਡਾ ਤੋਂ ਹੀ ਇੱਕ ਹੋਰ ਖਬਰ ਹੈ ਜਿੱਥੇ ਇੱਕ ਔਰ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾ ਲਿਆ ਤੜਕੇ ਤੜਕੇ ਮੰਦਿਰ ਨੂੰ ਜਾ ਰਹੀ ਔਰਤ ਦੇ ਕੰਨਾਂ 'ਚ ਪਾਏ ਸੋਨੇ ਦੇ ਗਹਿਣੇ ਲੁਟੇਰੇ ਝਪਟ ਕੇ ਲੈ ਗਏ ਘਟਨਾ ਬਠਿੰਡਾ ਦੇ ਵਿੱਚ ਤੜਕੇ 5:30 ਵਜੇ ਵਾਪਰੀ ਜਦੋਂ ਔਰਤ ਮੰਦਿਰ 'ਚ ਪੂਜਾ ਕਰਨ ਜਾ ਰਹੀ ਸੀ ਲੁਟੇਰੇ ਮੋਟਰਸਾਈਕਲ ਤੇ ਆਏ ਸਨ ਪਿੱਛੋਂ ਆ ਰਹੇ ਲੁਟੇਰਿਆਂ ਨੇ ਔਰਤ ਨੂੰ ਫੜ ਕੇ ਹੇਠਾਂ ਸੁੱਟ ਦਿੱਤਾ ਤੇ ਕੰਨਾਂ ਦੇ ਗਹਿਣੇ ਖੋ ਕੇ ਭੱਜ ਗਏ ਬਠਿੰਡਾ ਸਨੇਚਿੰਗ ਮਾਮਲੇ ਵਿੱਚ ਵਿਰੋਧੀਆਂ ਨੇ ਸਰਕਾਰ ਤੇ ਸਵਾਲ ਖੜੇ ਕੀਤੇ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਚ ਚੇਨ ਸਨੇਚਿੰਗ ਜਬਰ ਜਨਾਗ ਗੁੰਡਾਗਰਦੀ ਰੋਜ਼ਾਨਾ ਦਾ ਕੰਮ ਹੋ ਗਿਆ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਡੂੰਗੀ ਨੀਂਦ ਵਿੱਚ ਨੇ ਇਹ ਛਤਰਮੁਰਗ ਮਾਨਸਿਕਤਾ ਪੰਜਾਬ ਦੇ ਲੋਕਤੰਤਰ ਦੇ ਲਈ ਕਿਆਮਤ ਦਾ ਦਿਨ ਸਾਬਿਤ ਹੋਵੇਗੀ ਡਰ ਖੇਡ ਦਾ ਨਾਮ ਹੈ ਜਾਗੋ ਮੁੱਖ ਮੰਤਰੀ ਸਾਹਿਬ ਇਹ ਹੋ ਰਿਹਾ ਬਠਿੰਡਾ ਦੇ ਵਿੱਚ ਉਹਨਾਂ ਨੇ ਖਬਰ ਸਾਂਝੀ ਕੀਤੀ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕਰਦੇ ਕਿਹਾ ਹੈ ਕਿ ਭਗਵੰਤ ਮਾਨ ਦੀ ਅਗਵਾਈ ਚ ਪੰਜਾਬ ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਟੁੱਟ ਚੁੱਕੀ ਹੈ ਕਤਲ ਨਸ਼ੀਲੇ ਪਦਾਰਥਾਂ ਦੀ ਤਸਕਰੀ ਜ਼ਮੀਨਾਂ ਹੜਪਣੀਆਂ ਨਜਾਇਜ਼ ਮਾਈਨਿੰਗ ਤੇ ਲੁੱਟ ਖੋਦੀਆਂ ਜਈਆਂ ਘਟਨਾਵਾਂ ਰੋਜ਼ ਦੀ ਗੱਲ ਬਣ ਗਈਆਂ ਨੇ ਸਥਿਤੀ ਤੁਰੰਤ ਧਿਆਨ ਦੀ ਮੰਗ ਕਰਦੀ ਹੈ ਪਰ ਕੱਠਪੁੱਤਲੀ ਮੁੱਖ ਮੰਤਰੀ ਆਪਣੇ ਦਿੱਲੀ ਦੇ ਬੌਸ ਅਰਵਿੰਦ ਕੇਜਰੀਵਾਲ ਦੀ ਅਰਵਿੰਦ ਕੇਜਰੀਵਾਲ ਦੇ ਡਰਾਈਵਰ ਦੀ ਭੂਮਿਕਾ ਨਿਭਾਉਣ ਲਈ ਮੱਧ ਪ੍ਰਦੇਸ਼ ਛੱਤੀਸਗੜ੍ਹ ਤੇ ਹੋਰ ਚੋਣਾਂ ਵਾਲੇ ਸੂਬਿਆਂ ਦੇ ਵਿੱਚ ਉਹਨਾਂ ਨਾਲ ਚੋਣ ਪ੍ਰਚਾਰ ਕਰਨ ਦੇ ਵਿੱਚ ਰੁੱਝੇ ਹੋਏ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਨ ਦਾ ਵੀ ਇਲਜ਼ਾਮ ਲਾਇਆ ਹੈ ਜਲੰਧਰ ਦੇ ਵਿੱਚ ਫਰਿੱਜ ਇੱਕ ਵਾਰੀ ਫੇਰ ਇੱਕ ਹੋਰ ਪਰਿਵਾਰ ਦੇ ਲਈ ਕਾਲ ਬਣ ਕੇ ਆਇਆ ਪਿਛਲੇ ਮਹੀਨੇ ਫਰਿੱਜ 'ਚ ਅੱਗ ਲੱਗਣ ਨਾਲ ਇੱਕ ਹੀ ਪਰਿਵਾਰ ਦੇ 5 ਲੋਕ ਖਤਮ ਹੋ ਗਏ ਸੀ ਤਾਂ ਹੁਣ ਇੱਕ ਪਰਿਵਾਰ ਦੇ 2 ਲੋਕ ਮੁੱਕ ਗਏ ਨੇ ਨਿਊ ਦਾਣਾ ਮੰਡੀ ਦੇ ਸੇਂਟ ਸਤਨਾਮ ਨਗਰ ਦੇ ਵਿੱਚ ਫਰਿੱਜ ਦੇ ਕੰਪਰੈਸਰ ਦੇ ਵਿੱਚ ਗੈਸ ਲੀਕ ਹੋਣ ਕਾਰਨ ਹਾਦਸਾ ਵਾਪਰਿਆ ਅੱਗ ਵਿੱਚ ਝੁਲਸਣ ਕਾਰਨ ਪਿਓ ਪੁੱਤ ਸਦਾ ਦੀ ਨੀਂਦ ਸੌਂਗੇ ਤੀਜੇ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਮੌਕੇ ਤੇ ਪੁਲਿਸ ਤੇ ਫੋਰੈਂਸਿਕ ਟੀਮਾਂ ਵੀ ਪਹੁੰਚ ਗਈਆਂ ਫਾਇਰ ਬਿਗੇਟ ਅਧਿਕਾਰੀ ਏਡੀਐਫ ਜਸਵੰਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਕੰਟਰੋਲ ਰੂਮ 'ਚ ਤਕਰੀਬਨ ਸਵਾ 12 ਤੇ ਇਤਲਾ ਮਿਲੀ ਸੀ ਕਿ ਫਰਿੱਜ ਕਾਰਨ ਅੱਗ ਲੱਗ ਗਈ ਹੈ ਫੌਰਨ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ ਅੱਗ ਤੇ ਕਾਬੂ ਪਾਇਆ ਗਿਆ ਪਰ ਪਿਓ ਪੁੱਤ ਨੂੰ ਬਚਾਇਆ ਨਹੀਂ ਜਾ ਸਕਿਆ ਆਲੇ ਦੁਆਲੇ ਦੇ ਲੋਕਾਂ ਮੁਤਾਬਿਕ ਘਰ ਦੇ ਅੰਦਰ ਜਿਮ ਦਾ ਸਮਾਨ ਪੈਕ ਕੀਤਾ ਜਾਂਦਾ ਜਿਸ ਦੀ ਵਜ੍ਹਾ ਕਰਕੇ ਕਾਫੀ ਸਾਰਾ ਸਮਾਨ ਵੀ ਸੜ ਕੇ ਸੁਆਹ ਹੋ ਗਿਆ ਜਾਨ ਗਵਾਉਣ ਵਾਲਿਆਂ ਦੀ ਪਛਾਣ 17 ਸਾਲ ਦਾ ਜਸ਼ਨ ਸਿੰਘ ਅਤੇ 45 ਸਾਲ ਦੇ ਹਰਪਾਲ ਸਿੰਘ ਵਜੋਂ ਹੋਈ ਹੈ ਤੇਨਾਂ ਦੇ ਘਰ ਵਿੱਚ ਸਪੋਰਟਸ ਕੰਪਨੀ ਦਾ ਸਮਾਨ ਪੈਕ ਹੁੰਦਾ ਸੀ। ਘਟਨਾ ਵਕਤ ਬਿਲਡਿੰਗ ਦੇ ਵਿੱਚ 3 ਲੋਕ ਮੌਜੂਦ ਸਨ। 2 ਦੀ ਜਾਨ ਚਲੀ ਗਈ, 1 ਜ਼ਖਮੀ ਹੈ।